मंगो दुआ के शाला इंजदा नसीब होवे, मंगो दुआ के शाला इंजदा नसीब होवे। جد آوے موت مینو بسم اللہ الرحمن الرحیم السلام علیکم ناظرین تہاڈے سامنے اگلی ویڈیو دے نال حاضر ہاں اے تسی دیکھ رہے ہو کہ اے جڑی فصل ہے اے سرسوں دی فصل ہے اور اے سرسوں دے بہت ہی زیادہ بڑے بہترین اور بڑے زبردست فائدے نے سب تو پہلے تے اے سرسوں دے بارے چ جڑا تسی ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਸਰਸੋਂ ਦਾ ਸਾਗ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਔਰ ਸਰਸੋਂ ਦਾ ਆਇਲ ਜਿਹੜਾ ਤੇਲ ਜਿਹੜਾ ਹੈ ਉਹ ਵੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜਾ ਕੇ ਖਾਣ ਦੇ ਵਾਸਤੇ ਇਸਤੇਮਾਲ ਹੁੰਦਾ ਹੈ ਸਾਗ ਵੀ ਬੜੀ ਬਿਹਤਰੀਨ ਚੀਜ਼ ਹੈ ਜਿਹੜੀ ਕਿ ਆਮ ਤਕਰੀਬਨ ਹਰ ਇੱਕ ਦੀ ਪਸੰਦ ਹੈ ਔਰ ਅੱਜ ਮੈਂ ਇੱਧਰ ਇੱਕ ਗਾਉਂ ਦੇ ਵਿੱਚ ਆਇਆ ਸੀ ਅਤੇ ਮੈਂ ਤੁਹਾਡੇ ਜਿਹੜੀ ਕਿ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਉਹ ਤੁਹਾਨੂੰ ਵੀ ਇਸ ਇਨਫੋਰਮੇਸ਼ਨ ਤੋਂ ਆਗਾਹ ਕੀਤਾ ਜਾਵੇ ਦੱਸਿਆ ਜਾਵੇ ਉਮੀਦ ਇਨਸ਼ਾਅੱਲਾ ਕਿ ਤੁਹਾਨੂੰ ਵੀਡੀਓ ਅੱਛੀ ਲੱਗੇਗੀ ਇਹਨੂੰ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਅਤੇ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਜਾਂ ਸਰਸੋਂ ਦੇ ਬੀਜ ਜਿਹੜੇ ਨੇ ਉਹਨਾਂ ਦਾ ਅਲੱਗਾ ਇਸਤੇਮਾਲ ਹੈ ਔਰ ਸਰਸੋਂ ਦੇ ਆਇਲ ਜਿਹੜਾ ਉਸ ਦਾ ਅਲੱਗਾ ਇਸਤੇਮਾਲ ਹੈ ਅਤੇ ਸਰਸੋਂ ਦਾ ਪੱਤੇ ਵਗੈਰਾ ਜਿਹੜੇ ਨੇ ਉਹਨਾਂ ਦਾ ਅਲੱਗਾ ਇਸਤੇਮਾਲ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਹੈ ਕਿ ਪੱਤਿਆਂ ਦਾ ਗੰਦਲਾਂ ਦਾ ਉਹ ਸਾਗ ਬਣਾਇਆ ਜਾਂਦਾ ਹੈ ਜਿਹੜੀ ਬੜੀ ਅੱਛੀ ਬਿਹਤਰੀਨ ਗਜ਼ਾ ਵੀ ਹੈ ਔਰ ਹਰ ਇੱਕ ਦੀ ਪਸੰਦ ਹੈ ਔਰ ਆਇਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਤਰੀਕਿਆਂ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਖਾਣ ਪਕਾਉਣ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ ਔਰ ਜਿਹੜਾ ਕਿ ਵਾਲਾਂ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ ਔਰ ਉਹਦਾ ਬੜਾ ਹੀ ਬਿਹਤਰੀਨ ਫਾਇਦਾ ਹੈ ਉਹਦੀ ਤਾਸੀਰ ਜਿਹੜੀ ਹੈ ਉਹ ਠੰਡੀ ਹੁੰਦੀ ਹੈ ਔਰ ਉਹ ਇਸ ਤੋਂ ਇਲਾਵਾ ਜਾਨਵਰਾਂ ਦੇ ਵੀ ਖਾਣ ਦੇ ਵਿੱਚ ਇਸਤੇਮਾਲ ਹੁੰਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਫਸਲ ਦੇਖ ਰਹੇ ਹੋ ਇਹ ਵੀ ਜਾਨਵਰਾਂ ਦੀ ਬਹੁਤ ਹੀ ਅੱਛੀ ਔਰ ਪਸੰਦੀਦਾ ਖੁਰਾਕ ਹੈ ਗਜ਼ਾ ਹੈ ਔਰ ਜਿਹੜਾ ਇਹ ਸਰਸੋਂ ਦਾ ਬੀਜ ਹੈ ਅਗਰ ਇਸ ਨੂੰ ਪਾਣੀ ਦੇ ਨਾਲ ਇਸਤੇਮਾਲ ਕੀਤਾ ਜਾਵੇ ਅੱਧਾ ਚਮਚ ਔਰ ਇਹ ਬਵਾਸੀਰ ਵਾਸਤੇ ਵੀ ਬਿਹਤਰ ਟੋਟਕਾ ਹੈ ਕਿਉਂਕਿ ਅਸੀਂ ਇਹਨੂੰ ਇਲਾਜ ਨਹੀਂ ਕਵਾਂਗੇ ਇੱਕ ਬਿਹਤਰੀਨ ਟੋਟਕਾ ਹੈ ਕਿਉਂਕਿ ਟੋਟਕਾ ਕੋਈ ਵੀ ਹੁੰਦਾ ਹੈ ਜਿਹੜਾ ਉਹ ਬਾਜ਼ਕਾਤ ਬਹੁਤ ਹੀ ਅੱਛਾ ਨੁਸਖਾ ਕੰਮ ਕਰ ਦਿੰਦਾ ਹੈ ਬਾਜ਼ਕਾਤ ਟੋਟਕਾ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਲੇਕਿਨ ਉਹ ਕੰਮ ਕਰਦਾ ਹੈ ਅਗਰ ਨਹੀਂ ਵੀ ਕੰਮ ਕਰੇਗਾ ਤਾਂ ਇਸ ਚੀਜ਼ ਦਾ ਨੁਕਸਾਨ ਕੋਈ ਨਹੀਂ ਹੁੰਦਾ ਬਿਲਕੁਲ ਕੋਈ ਨੁਕਸਾਨ ਨਹੀਂ ਹੁੰਦਾ ਔਰ ਇਸ ਤੋਂ ਇਲਾਵਾ ਇਹ ਜਿਹੜੇ ਸਰਸੋਂ ਦੇ ਬੀਜ ਨੇ ਜਦੋਂ ਇਹ ਫੁੱਲ ਪੱਕ ਜਾਂਦਾ ਹੈ ਔਰ ਇਸ ਦੇ ਅੰਦਰ ਜਿਹੜੇ ਬੀਜ ਪੈਦਾ ਹੁੰਦੇ ਨੇ ਉਹ ਹੀ ਇਹ ਉਸ ਦੇ ਵਿੱਚੋਂ ਹੀ ਸਰਸੋਂ ਦਾ ਤੇਲ ਨਿਕਲਦਾ ਹੈ ਔਰ ਉਹੋ ਹੀ ਬੀਜ ਹੈ ਜਿਹੜੇ ਤੁਹਾਨੂੰ ਮੈਂ ਦੱਸ ਰਿਹਾ ਸੀ ਕਿ ਉਹ ਬਵਾਸੀਰ ਦੇ ਵਾਸਤੇ ਵੀ ਇਸਤੇਮਾਲ ਹੁੰਦੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਇਸ ਦੇ ਬੀਜ ਨੇ ਸਰਸੋਂ ਦੇ ਔਰ ਉਸ ਨੂੰ ਇੱਕ ਕਾਲੀ ਗਾਜਰ ਦੀ ਕਾਂਜੀ ਬਣਾਈ ਜਾਂਦੀ ਹੈ ਜਿਸ ਦੇ ਅੰਦਰ ਇਸ ਸਰਸੋਂ ਦੇ ਬੀਜਾਂ ਦਾ ਬੜਾ ਬਿਹਤਰੀਨ ਔਰ ਜ਼ਿਆਦਾ ਮਰਕਬ ਹੈ ਯਾਨੀ ਕਿ ਉਸ ਦੇ ਨਾਲ ਉਸਦਾ ਟੇਸਟ ਜ਼ਾਇਕਾ ਬਹੁਤ ਹੀ ਜ਼ਬਰਦਸਤ ਹੁੰਦਾ ਹੈ ਔਰ ਇਸ ਤੋਂ ਇਲਾਵਾ ਜਿਹੜੇ ਸਰਸੋਂ ਦੇ ਬੀਜ ਨੇ ਔਰ ਉਹ ਕਾਫ਼ੀ ਖਾਣਿਆਂ ਪਕਾਣਿਆਂ ਦੇ ਵਿੱਚ ਵੀ ਇਸਤੇਮਾਲ ਕੀਤੇ ਜਾਂਦੇ ਨੇ ਇਹਦੇ ਤੋਂ ਇਲਾਵਾ ਜਿਹੜੇ ਇਹ ਸਰਸੋਂ ਦੇ ਬੀਜ ਨੇ ਉਹ ਅਚਾਰ ਦੇ ਵਿੱਚ ਵੀ ਉਹਦਾ ਬੜਾ ਬਿਹਤਰੀਨ ਮਰਕਬ ਹੁੰਦਾ ਹੈ ਅਚਾਰ ਦੇ ਵਿੱਚ ਵੀ ਸ਼ਾਮਿਲ ਕੀਤਾ ਜਾਂਦਾ ਹੈ ਇਸ ਦੇ ਨਾਲ ਅਚਾਰ ਦਾ ਜ਼ਾਇਕਾ ਮਜ਼ੀਦ ਅੱਛਾ ਹੁੰਦਾ ਹੈ ਔਰ ਇਸ ਤੋਂ ਇਲਾਵਾ ਔਰ ਉਹ ਅਚਾਰ ਜਿਹੜਾ ਹੈ ਉਹ ਦੇਰ ਪਾ ਤੱਕ ਖਰਾਬ ਨਹੀਂ ਹੁੰਦਾ ਉਮੀਦ ਹੈ ਇਨਸ਼ਾਅੱਲਾ ਕਿ ਇਹ ਚੀਜ਼ ਤੁਹਾਨੂੰ ਬੜੀ ਅੱਛੀ ਲੱਗੀ ਹੋਈ ਹੋਵੇਗੀ ਵੈਸੇ ਵੀ ਇਹ ਗਾਉਣ ਦਾ ਮਾਹੌਲ ਵੀ ਅੱਛਾ ਹੈ ਅਤੇ ਇਹਨੂੰ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ ਇਜਾਜ਼ਤ
اللہ حافظ. السلام علیکم ورحمۃ اللہ وبرکاتہ. سرکار نو کمانگے غم ہو گئے بدیرے سرکار نو کمانگے دردان پائے گے رے.